ਹੁਣ ਦਾਅਵਿਆਂ ਦਾ ਜਿਹੜਾ ਦੌਰ ਆ ਉਹ ਜਿੱਤ ਤੋਂ ਵੀ ਅੱਗੇ ਵੱਧ ਚੁੱਕਿਆ ਹੈ ਤੇ ਜ਼ਮਾਨਤ ਜ਼ਬਤ ਹੋਣ ਦਾ ਵੀ ਜ਼ਿਕਰ ਕੀਤਾ ਜਾ ਰਿਹਾ ਹੈ। ਜਲਾਲਾਬਾਦ ਦੀ ਸੀਟ ਬੇहद ਦਿਲਚਸਪ ਹੋਵੇਗੀ ਕਿਉਂਕਿ ਉੱਥੋਂ ਭਗਵੰਤ ਮਾਨ ਨੂੰ ਉਮੀਦਵਾਰ ਐਲਾਨਿਆ ਗਿਆ ਹੈ ਆਮ ਆਦਮੀ ਪਾਰਟੀ ਵੱਲੋਂ ਤੇ ਹੁਣ ਇੰਤਜ਼ਾਰ ਹੈ ਕਿ ਦੇਖਣਾ ਹੋਏਗਾ ਕਿਸ ਤਰ੍ਹਾਂ ਦੀ ਇਹ ਚੋਣ ਨਜ਼ਰ ਆਉਂਦੀ ਹੈ ਕਿਉਂਕਿ ਸੁਖਬੀਰ ਸਿੰਘ ਬਾਦਲ ਉੱਥੋਂ ਚੋਣ ਲੜਦੇ ਨੇ। ਅੱਗੇ ਵੱਧਦੇ ਉਮੀਦਵਾਰਾਂ ਦੇ ਐਲਾਨ ਦੇ ਨਾਲ ਹੀ ਵਫਾਦਾਰੀਆਂ ਵੀ ਬਦਲਣੀਆਂ ਸ਼ੁਰੂ ਹੋ ਚੁੱਕੀਆਂ ਨੇ। ਕੱਲ ਤੱਕ ਖੁਦ ਨੂੰ ਅਕਾਲੀ ਅਖਵਾ ਕੇ ਮਾਣ ਮਹਿਸੂਸ ਕਰਨ ਵਾਲੇ ਆਗੂ ਹੁਣ ਦਲ ਬਦਲ ਚੁੱਕੇ ਨੇ ਤਾਂ ਨਵੇਂ ਰੰਗ ਦੇ ਵਿੱਚ ਨਜ਼ਰ ਆ ਰਹੇ ਨੇ। ਵਿਧਾਨ ਸਭਾ ਚੋਣਾਂ 2017 ਦੇ ਲਈ ਚੋਣ ਪਿੜ ਸੱਜ ਚੁੱਕਿਆ ਅਤੇ ਦਲ ਬਦਲੀਆਂ ਦਾ ਦੌਰ ਵੀ ਆਪਣੇ ਸ਼ਬਾਬ ਉੱਤੇ ਹੈ। ਸੱਤਾਧਾਰੀ ਧਿਰ ਅਕਾਲੀ ਦਲ ਦੇ ਉਮੀਦਵਾਰਾਂ ਦੇ ਐਲਾਨ ਹੋਣ ਦੇ ਨਾਲ ਹੀ ਨਾਰਾਜ਼ ਆਗੂਆਂ ਦੇ ਵੱਲੋਂ ਵਿਰੋਧ ਵੀ ਸ਼ੁਰੂ ਹੋ ਗਿਆ। ਕੱਲ੍ਹ ਤੱਕ ਪ੍ਰਾਊਡ ਟੂ ਵੀ ਅਕਾਲੀ ਦੇ ਬੈਜ ਲਾ ਕੇ ਘੁੰਮਣ ਵਾਲੇ ਆਗੂ ਹੁਣ ਅਕਾਲੀ ਨਹੀਂ ਰਹੇ ਨੇ। ਅਕਾਲੀ ਦਲ ਦੇ 5 ਵਿਧਾਇਕ ਹੁਣ ਤੱਕ ਅਸਤੀਫਾ ਦੇ ਚੁੱਕੇ ਨੇ। ਟਿਕਟਾਂ ਦੇ ਐਲਾਨ ਤੋਂ ਬਾਅਦ ਅਸਤੀਫਾ ਦੇਣ ਵਾਲੇ 3 ਵਿਧਾਇਕਾਂ ਦੇ ਵਿੱਚ ਸਰਵਣ ਸਿੰਘ ਫਲੌਰ, ਅਵਿਨਾਸ਼ ਚੰਦਰ ਅਤੇ ਮਹੇਸ਼ਿੰਦਰ ਸਿੰਘ ਸ਼ਾਮਲ ਨੇ। ਸਰਵਣ ਸਿੰਘ ਦੁਆਬੇ ਦੇ ਵਿੱਚ ਅਕਾਲੀ ਦਲ ਦਾ ਵੱਡਾ ਦਲਿਤ ਚਿਹਰਾ ਸਨ। ਉਹ 6 ਵਾਰ ਵਿਧਾਨ ਸਭਾ ਦੇ ਮੈਂਬਰ ਬਣੇ ਅਤੇ ਮੰਤਰੀ ਵੀ ਰਹੇ। ਹੁਣ ਉਹ ਛਾਤੀ 'ਤੇ ਕੈਪਟਨ ਦਾ ਟੈਗ ਲਾ ਕੇ ਵਿਚਰ ਰਹੇ ਨੇ। ਅਵਿਨਾਸ਼ ਚੰਦਰ ਅਤੇ ਮਹੇਸ਼ਿੰਦਰ ਸਿੰਘ ਅਜੇ ਕਿਸੇ ਦੂਜੀ ਪਾਰਟੀ ਵਿੱਚ ਸ਼ਾਮਲ ਨਹੀਂ ਹੋਏ ਨੇ, ਪਰ ਹੁਣ ਉਹਨਾਂ ਨੂੰ ਵੀ ਅਕਾਲੀ ਹੋਣ 'ਤੇ ਮਾਣ ਨਹੀਂ ਰਿਹਾ। ਉਧਰ ਆਪਣੇ ਵਿਧਾਇਕਾਂ ਦੇ ਅਸਤੀਫਿਆਂ 'ਤੇ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਜਿਨ੍ਹਾਂ ਨੂੰ ਜਨਤਾ ਨਕਾਰ ਚੁੱਕੀ ਸੀ ਉਹਨਾਂ ਨੂੰ ਹੀ ਟਿਕਟ ਦੇਣ ਤੋਂ ਨਾਂਹ ਕੀਤੀ ਗਈ ਹੈ ਤੇ ਉਹਨਾਂ ਦੇ ਨਕਾਰੇ ਆਗੂਆਂ ਨੂੰ ਦੂਜੀਆਂ ਪਾਰਟੀਆਂ ਹੱਥੋਂ ਹੱਥ ਲੈ ਰਹੀਆਂ ਨੇ। ਟਿਕਟ ਲੈਣੀ ਕਿਸੇ ਦੀ ਜੱਦੀ ਜਾਇਦਾਦ ਨਹੀਂ ਹੈ। ਆਣੀ ਹੈ ਕਿ ਮੈਂ ਇੱਥੋਂ ਹੀ ਲੜਨਾ, ਪੂਰੀ ਜ਼ਿੰਦਗੀ ਲੜਨਾ ਰਹਿਣਾ। ਜੇ ਹਰਮੇਲ ਦੀ ਇਮੇਜ ਇੰਨੀ ਡਾਊਨ ਚਲੀ ਗਈ ਸੀ, ਲੋਕ ਉਹਨੂੰ ਵੰਡ ਨਹੀਂ ਦਿੰਦੇ ਸੀ, ਅਸੀਂ ਡਿਨਾਈ ਕਰਤੀ ਟਿਕਟ ਤੇ। ਪਰ ਮੈਨੂੰ ਇੱਕ ਗੱਲ ਦੀ ਖੁਸ਼ੀ ਹੈ ਦੇਖ ਕੇ ਕਿ ਕਾਂਗਰਸ ਤੇ ਆਪ ਵਾਲੇ ਕੋਲ ਜਿੰਨਾ ਅਸੀਂ ਮਾਲ ਕੱਢਿਆ ਹੈ, ਜੇ ਗੱਲ ਗੁਲ ਗਿਆ ਸਾਰੀ ਉਹਨਾਂ ਨੇ ਆਪਣੇ ਪਤੀਲੇ 'ਚ ਪਾਲੀ। ਅਕਾਲੀ ਦਲ ਦੇ ਵਿਧਾਇਕ ਰਹੇ ਇੰਦਰਬੀਰ ਸਿੰਘ ਬੁਲਾਰੀਆ ਅਤੇ ਪ੍ਰਗਟ ਸਿੰਘ ਨੇ ਪਹਿਲਾਂ ਹੀ ਅਸਤੀਫਾ ਦੇ ਦਿੱਤਾ ਸੀ। ਹੁਣ 3 ਹੋਰ ਵਿਧਾਇਕਾਂ ਵੱਲੋਂ ਅਸਤੀਫਾ ਦਿੱਤੇ ਜਾਣ ਤੇ ਇਹ ਗਿਣਤੀ 5 ਤੱਕ ਪਹੁੰਚ ਚੁੱਕੀ ਹੈ। ਫਲੌਰ ਤੇ ਬੁਲਾਰੀਆ ਕਾਂਗਰਸ ਵਿੱਚ ਸ਼ਾਮਲ ਹੋ ਚੁੱਕੇ ਨੇ, ਜਦਕਿ ਪ੍ਰਗਟ ਸਿੰਘ ਸ਼ਾਮਲ ਹੋਣ ਜਾ ਰਹੇ ਨੇ। ਅਕਾਲੀ ਦਲ ਦੀ ਮੁਸ਼ਕਲ ਇੱਥੇ ਹੀ ਖਤਮ ਨਹੀਂ ਹੁੰਦੀ ਹੈ। ਟਿਕਟ ਨਾ ਮਿਲਣ ਤੋਂ ਨਾਰਾਜ਼ ਕੁਝ ਹੋਰ ਵਿਧਾਇਕ ਵੀ ਬਾਗੀ ਸੁਰ ਅਲਾਪ ਚੁੱਕੇ ਨੇ, ਪਰ ਇਸ ਸਭ ਤੋਂ ਬੇਖਬਰ ਅਕਾਲੀ ਦਲ ਦੇ ਮੁਤਾਬਕ ਉਹਨਾਂ ਨੂੰ ਸਰਵਣ ਸਿੰਘ ਫਲੌਰ ਦੇ ਜਾਣ ਦਾ ਤਾਂ ਦੁੱਖ ਹੈ, ਪਰ ਬਾਕੀਆਂ ਦੇ ਬਦਲਣ 'ਤੇ ਕਿਸੇ ਤਰ੍ਹਾਂ ਦੀ ਹੈਰਾਨੀ ਨਹੀਂ ਹੋਈ ਹੈ। ਕੁਛ ਬੰਦੇ ਐਸੇ ਹੁੰਦੇ ਜਿਨ੍ਹਾਂ ਨੂੰ ਅਸੀਂ ਲੈ ਲੈਂਦੇ ਹਾਂ ਹਾਲਾਤ ਦੇ ਮੁਤਾਬਕ, ਉਹਨਾਂ ਨੂੰ ਫਿਰ ਪਾਰਟੀ ਨਾਲ ਪਿਆਰ ਨਹੀਂ ਹੁੰਦਾ, ਉਹ ਛੇਤੀ ਛੱਡ ਵੀ ਜਾਂਦੇ ਨੇ। ਇੱਕ ਠੀਕ ਹੈ ਕਿ ਸਾਨੂੰ ਸਰਵਣ ਸਿੰਘ ਫਲੌਰ ਦਾ ਜ਼ਰੂਰ ਦੁੱਖ ਹੋਇਆ, ਸਾਡਾ ਪੁਰਾਣਾ ਸਾਥੀ ਸੀਗਾ, ਉਹਨੇ ਕਾਹਲੀ 'ਚ ਕਰ ਗਿਆ, ਕਾਹਲੀ ਨਹੀਂ ਸੀ ਕਰਨੀ ਚਾਹੀਦੀ, ਐਡਜਸਟਮੈਂਟ ਹੋ ਜਾਣੀ ਸੀ, ਬਾਕੀ ਤਾਂ ਸਮੇਂ ਨਾਲ ਆਉਂਦੇ ਜਾਂਦੇ ਰਹਿੰਦੇ। ਉੱਧਰ ਸਿਆਸਤ ਦੇ ਮਾਰਾਂ ਦੇ ਮੁਤਾਬਕ ਦਲ ਬਦਲੀਆਂ ਕੋਈ ਨਵੀਂ ਗੱਲ ਨਹੀਂ ਹੈ, ਕਿਉਂਕਿ ਹੁਣ ਸਿਆਸਤਦਾਨਾਂ ਦੇ ਵਿੱਚ ਰਾਜਨੀਤਿਕ ਵਚਨਬੱਧਤਾ ਘਟਦੀ ਜਾ ਰਹੀ ਹੈ ਅਤੇ ਉਹ ਆਪਣਾ ਫਾਇਦਾ ਦੇਖਦੇ ਨੇ। ਪਰ ਉਹ ਇਹ ਵੀ ਮੰਨਦੇ ਨੇ ਕਿ ਹੁਣ ਲੋਕ ਇਹਨਾਂ ਦਲ ਬਦਲੀਆਂ ਨੂੰ ਬੜੇ ਧਿਆਨ ਨਾਲ ਦੇਖਦੇ ਨੇ। ਦੇਖੋ, ਕਮਿਟਮੈਂਟ ਦੀ ਜਿਹੜੀ ਗੱਲ ਹੈ, ਬਹੁਤ ਘੱਟ ਬੰਦੇ ਹੁੰਦੇ ਆ ਜਿਹੜੇ ਕਿ ਆਈਡੀਓਲੋਜੀ ਨਾਲ ਕਮਿਟਡ ਹੁੰਦੇ ਆ। ਆਮ ਤੌਰ ਪਰ ਉਹ ਕਹਿੰਦੇ ਸਾਡੀ ਪੋਲੀਟੀਕਲ ਸਰਵਾਈਵਲ ਕਿਵੇਂ ਹੈ, ਅਗਰ ਉਹ ਪੋਲੀਟੀਕਲ ਸਰਵਾਈਵਲ ਉੱਧਰ ਜਾ ਕੇ ਹੁੰਦੀ ਹੈ ਤਾਂ ਉੱਧਰ ਕਰ ਲੈਂਦੇ ਆ। ਅਪਰਚੁਨਿਜ਼ਮ ਹੈ ਕਾਫੀ ਹੱਦ ਤੱਕ, ਉਹ ਇਲੈਕਟੋਰੇਟ ਵੀ ਉਸ ਚੀਜ਼ ਨੂੰ ਦੇਖਦਾ, ਜੱਜ ਕਰਦਾ ਕਿ ਅੱਜ ਇਹ ਕਿਸੇ ਪਾਰਟੀ ਤੋਂ ਇਲੈਕਸ਼ਨ ਲੜਨ ਵਾਸਤੇ ਆਇਆ ਤਾਂ ਅੱਜ ਕਿਸੇ ਪਾਰਟੀ ਤੋਂ ਇਲੈਕਸ਼ਨ ਲੜਨ ਵਾਸਤੇ ਆ ਰਿਹਾ। ਉਹ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਜ਼ਿਆਦਾਤਰ ਨੈਗੇਟਿਵ ਜਾਂਦੀਆਂ। ਪਾਰਟੀ ਅੰਦਰਲੇ ਵਿਰੋਧ ਦਾ ਸਾਹਮਣਾ ਸਿਰਫ ਅਕਾਲੀ ਦਲ ਨੂੰ ਹੀ ਨਹੀਂ ਕਰਨਾ ਪਿਆ, ਆਮ ਆਦਮੀ ਪਾਰਟੀ ਵੀ ਇਸ ਦਾ ਸ਼ਿਕਾਰ ਹੋਈ ਹੈ। ਕਾਂਗਰਸ ਨੇ ਅਜੇ ਆਪਣੀ ਲਿਸਟ ਜਾਰੀ ਕਰਨੀ ਹੈ, ਪਰ ਉਸ ਤੋਂ ਪਹਿਲਾਂ ਹੀ ਦੂਜੀਆਂ ਪਾਰਟੀਆਂ ਵਿੱਚੋਂ ਕਾਂਗਰਸ ਵਿੱਚ ਆਉਣ ਵਾਲਿਆਂ ਨੂੰ ਟਿਕਟਾਂ ਦੇਣ ਦੇ ਮਾਮਲੇ 'ਤੇ ਪਾਰਟੀ ਦੇ ਸੀਨੀਅਰ ਆਗੂਆਂ ਦੇ ਵੱਖੋ ਵੱਖ ਬਿਆਨ ਸਾਹਮਣੇ ਆ ਚੁੱਕੇ ਨੇ। ਜਗਤਾਰ ਭੁੱਲਰ, ਜ਼ੀ ਮੀਡੀਆ, ਚੰਡੀਗੜ੍ਹ।